ਕੀ ਕਾਰਨ ਕੀ ਹੋਇਆ ਅੱਜ ਦਾ ਕੀ ਸਮਝ ਨਹੀਂ ਲੱਗੀ ਸਾਨੂੰ। ਅਸੀਂ ਤਾਂ ਕੰਮ ਤੋਂ ਆਏ ਡੇਢ ਕੁ ਵਜੇ, ਸਾਨੂੰ ਪਤਾ ਨਹੀਂ ਲੱਗਾ ਜੋ ਅਸੀਂ ਸੁੱਤੇ ਆਣ ਕੇ ਸੌ ਗਏ। ਸਾਨੂੰ ਬਾਅਦ 'ਚ ਜੋ ਵੇਖ ਰਹੇ ਮੁੰਡੇ ਨੇ ਦੂਜੇ ਨੇ ਚੀਕਾਂ ਮਾਰੀਆਂ, ਅੱਗ ਲੱਗੀ ਅੰਦਰ, ਜੋ ਆ ਕੇ ਵੇਖਿਆ ਸਾਰੇ ਮੱਚ ਗਈ ਸੀ ਅੱਗ। ਅਤੇ ਕੀ ਨੁਕਸਾਨ ਹੋਇਆ? ਨੁਕਸਾਨ ਡੈਡੀ ਪੂਰੇ ਹੋ ਗਏ, ਅਤੇ ਦੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ, ਬੱਕਰੀ ਉਹ ਵੀ, ਟਰੈਕਟਰ ਗੱਡੀ ਸਰ ਗਈ, ਸਾਰੇ ਸਾਰੇ ਇੱਕ। ਅੱਗ ਲੱਗਣ ਦਾ ਕੀ ਕਾਰਨ ਮੰਨਦੇ? ਸਮਝ ਨਹੀਂ ਲੱਗੀ ਸਾਨੂੰ ਸਰਕਾਰ ਤੋਂ ਕੀ ਮੰਗ ਕਰ ਸੀ, ਬੱਤੀ ਦਾ ਪੈ ਗਿਆ, ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ। ਨਹੀਂ ਵੇਖੋ ਹੁਣ ਨੁਕਸਾਨ ਹੋਇਆ, ਜੋ ਵੇਖੋ ਥੋੜ੍ਹਾ ਪਤਾ ਹੋ ਜਾਏ ਹੱਲ। ਹਾਂਜੀ ਵੀਰ ਜੀ, ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ? ਮਾਮਲਾ ਜੀ ਸਵੇਰੇ ਕੋਈ 3:45 ਦੀ ਗੱਲ ਆ, ਅਤੇ ਪਿੰਡ ਪ੍ਰਭਾਵ ਫਿਰ ਸਾਨੂੰ ਸਾਰਿਆਂ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇੱਧਰ ਅੱਗ ਲੱਗ ਗਈ ਆ, ਅਤੇ ਸਾਰੇ ਪਿੰਡ ਵੱਜ ਸਵੇਰੇ ਨੇ ਭਜਾਉਣ ਵਾਸਤੇ ਆਏ ਨੇ, ਅਤੇ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸੀ ਆ ਰਹੀ। ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ, ਅਤੇ ਉਹਨਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ, ਅਤੇ ਜਿਹਦੇ ਨਾਲ ਬੜੀ ਜਦੋ ਜਹਿਦ ਦੇ ਨਾਲ ਆਪਾਂ ਜਿਹੜਾ ਵਾ ਵੀ ਪਿੰਡ ਦੇ ਵਿੱਚ ਆਣ ਕੇ ਮੁੜ ਕੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਅਤੇ ਜਿਹੜਾ ਕਿ ਅੱਗ ਨੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਕਰਤਾ ਜੀ। ਇਹ ਗਰੀਬ ਪਰਿਵਾਰ ਹੈ ਵਿਚਾਰਾ, ਬਹੁਤ ਆਪਣੇ ਨਾ ਦਿਹਾੜੀ ਡੱਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ। ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਜੀ ਤਕਰੀਬਨ ਜੀ ਆਪਾਂ ਲੈ ਜਿਹਦੇ ਭਰਪਾਈ ਕੀਤੀ ਨਹੀਂ ਜਾ ਸਕਦੀ, ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ, ਜਾਨ ਦਾ ਵੀ ਨੁਕਸਾਨ ਹੋਇਆ, ਅਤੇ ਜਿਹੜਾ ਆਪਣਾ ਇਹਨਾਂ ਦਾ ਮਾਲੀ ਨੁਕਸਾਨ ਹੈ ਉਹ ਤਕਰੀਬਨ ਘੱਟ ਤੋਂ ਘੱਟ ਕੋਈ 10-12 ਲੱਖ ਦੇ ਲਾਗੇ ਵਿਚਾਰਿਆਂ ਦਾ ਨੁਕਸਾਨ ਹੋਇਆ। ਸ਼ੈੱਡ ਬਣਿਆ ਸੀਗਾ ਇਹਨਾਂ, ਟਰੈਕਟਰ ਵਿਚਾਰਿਆ ਕਿਸ ਨਾ ਕਿਸ ਤੋਂ ਲਿਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ, ਉਹ ਵੀ ਇਹਨਾਂ ਸੜ ਕੇ ਸਵਾਹ ਹੋ ਗਿਆ। ਮੋਟਰਸਾਈਕਲ ਸੀਗਾ, ਇੱਕ ਗੱਡੀ ਸੀ ਮਰੂਤੀ 800 CC, ਵਿੱਚ ਡੰਗਰ ਸੀ ਇਹਨਾਂ ਵਿਚਾਰਿਆਂ, ਜਿੱਦਾਂ ਕਿ ਮਾੜਾ ਮਾੜਾ ਦੁੱਧ ਪਾ ਕੇ ਆਪਣਾ ਟਾਈਮ ਪਾਸ ਕਰਦੇ ਸੀ। ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ। ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਰਕਾਰ ਇਹਨਾਂ ਵਿਚਾਰਿਆਂ ਦੀ ਬਾਂਹ ਫੜੇ, ਕਿਉਂਕਿ ਇਹਨਾਂ ਗਰੀਬਾਂ ਵਿਚਾਰਿਆਂ ਦਾ ਇਹੋ ਆਸਰਾ ਸੀਗਾ, ਅਤੇ ਉਹ ਅੱਜ ਇਹਨਾਂ ਦਾ ਸਾਰਾ ਜੋ ਸਰ ਕੇ ਸਵਾਹ ਹੋ ਗਿਆ, ਕਿਉਂਕਿ ਜਾਨ ਦੀ ਭਰਵਾਈ ਤਾਂ ਕਰਨੀ ਸਕਦੀ ਪਰ ਮਾਲੀ ਸਹਾਇਤਾ ਨੇ ਜ਼ਰੂਰ ਕਰਨੀ ਚਾਹੀਦੀ ਆ। ਅਸੀਂ ਸਰਕਾਰ ਘੜੀ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਕਿ ਪਰਿਵਾਰ ਜਿਹੜਾ ਮੁੜ ਆਪਣੇ ਵਸੇਬੇ ਵੱਲ ਜਾ ਸਕੇ। ਅੱਗ ਲੱਗਣ ਦਾ ਕਾਰਨ ਕੀ ਮੰਨਦੇ ਜੀ? ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦੱਸ ਦਿਓ ਵੀ ਇੱਥੇ ਲਾਈਟ ਚੱਲ ਰਹੀ ਸੀ, ਕੋਈ ਸ਼ਾਰਟ ਸਰਕਟ ਦੀ ਪ੍ਰੋਬਲਮ ਦੱਸ ਰਿਹਾ ਵੀ ਉਹਦੇ ਨਾਲ ਹੀ ਇਹ ਜਿਹੜਾ ਹੋ ਗਿਆ, ਅਤੇ ਇੱਕ ਪਰਾਲੀ ਘਰ 'ਚ ਲੱਗੀ ਹੋਈ ਸੀ ਗੱਠਾਂ ਵਾਸਤੇ, ਡੰਗਰਾਂ ਵਾਸਤੇ ਨਾ ਰੱਖੀ ਹੋਈ ਸੀ, ਉਹ ਪਰਾਲੀ ਨੇ ਭਿਆਨਕ ਰੂਪ ਧਾਰ ਲਿਆ ਅੱਗ ਦਾ, ਉਹਦੇ ਕਾਰਨ ਜਿਹੜਾ ਸਾਰਾ ਕੁਛ ਸਰਕਟ ਸਵਾਹ ਹੋ ਗਿਆ। ਹਾਂਜੀ ਸਰ, ਕੀ ਮਾਮਲਾ ਹੋਇਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ? ਅੱਜ ਸਵੇਰੇ ਸਾਨੂੰ 1:00 ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਹੀਂ, ਡਾਲੀ ਚੱਕ ਪਿੰਡ ਅੱਗ ਲੱਗ ਗਈ ਆ। ਮੁੜ ਕੇ ਇੱਥੇ ਆਏ ਹਾਂ ਜੀ, ਗੁਰਦੀਪ ਸਿੰਘ ਸਾਨੂੰ, ਸਰਦਾਰਾ ਸਿੰਘ ਡਾਲੀ ਚੱਕ ਦਾ ਸੀ, ਕੁਛ 8-12 ਸਾਲ ਦੀ ਏਜ ਦਾ, ਇੱਕ ਉਹ ਅੱਗ ਦੀ ਲਪੇਟ ਵਿੱਚ ਆ ਗਿਆ, 2 ਮੱਝਾਂ ਸੀ, 1 ਬੱਕਰੀ ਸੀ, ਟਰੈਕਟਰ ਦਾ ਨੁਕਸਾਨ ਹੋ ਗਿਆ, ਕਾਰ ਮਰੂਤੀ, ਉਹ ਮੋਟਰਸਾਈਕਲ ਸੜ ਗਿਆ ਜੀ। ਸਰ ਕੀ ਕਾਰਨ ਪਤਾ ਚੱਲਿਆ ਅੱਗ ਲੱਗਣ ਦੇ? ਜੋ ਹੁਣ ਤੱਕ ਪਤਾ ਲੱਗਿਆ ਕੋਈ ਸਰਕਟ ਸਟਾਰਟ ਹੋਇਆ ਜੀ ਬਿਜਲੀ ਦਾ, ਉਹਦੇ ਨਾਲ ਅੱਗ ਲੱਗੀ ਹੈ।